तेरे परिवार दे विच तुहाडे जिवें तीन कुड़ियां ने इक मुंडा आ ते हसबैंड नूं की होया? हसबैंड बीमार सी, उहनां दा लीवर डैमेज हो गया सी, उहनां दा 8 साल हो गया। 8 साल एक लाइफ व्यतीत करनी, अपनी जिंदगी व्यतीत करनी बिना अपने हसबैंड तो, बच्चे नूं सांभणा किन्ना औखा? बहुत औखा। जिन्ना क मेरी सपोर्ट आ उन्नी बच्चों की भी, यानी कि बराबर सपोर्ट मैं मिली है। हाँ, कि दोनों का ध्यान रखना, अपना काम भी करना, बच्चे भी अपना ध्यान खुद रखते जी। कितने कितने एक ना होप होंगी है भी, है ना, सारे भी है ना साडे जिहड़े आपां एक परिवार वांगू रहिए, हसबैंड वाइफ सारे होण। आज आंटी तुहानूं लगदा है कि जे अंकल अज हुंदे तो तुहानूं ये काम ना करना पैंदा? ओह हुंदे, उन्हां ने मैनूं काम करन ही नहीं सी देना, ਉਹ ਨਹੀਂ ਮੈਨੂੰ ਬਾਹਰ ਜਾਣ ਦਿੰਦੇ ਸੀ। ਉਹਨਾਂ ਦੀ ਡੈਥ ਤੋਂ ਬਾਅਦ ਕੋਈ ਤੁਹਾਡਾ ਸਹਾਰਾ ਨਹੀਂ ਬਣਿਆ? ਨਹੀਂ, ਬਿਲਕੁਲ ਨਹੀਂ, ਬਸ ਸਭ ਪਿੱਛੇ ਹਟ ਗਏ, ਕੋਈ ਆਉਣਾ ਜਾਣਾ ਬੰਦ ਕਰਤਾ। ਸੱਸ ਸਹੁਰੇ ਹੈ ਹੀ ਨਹੀਂ, ਕੋਈ ਪਰਿਵਾਰ 'ਚ ਨਹੀਂ ਹੈਗਾ, ਕੋਈ ਵੀ ਨਹੀਂ ਹੈਗਾ। ਪਾਪਾ ਜਾਂ ਮੰਮੀ ਤਾਂ ਹੈ ਹੀ ਨਹੀਂ ਮੇਰੇ, ਬ੍ਰਦਰ ਨਾ, ਬ੍ਰਦਰ ਤਾਂ ਪਹਿਲਾਂ ਹੀ ਪਿੱਛੇ ਹਟ ਗਏ ਸੀਗੇ। ਦੁੱਖ ਹੋਇਆ ਸੀਗਾ ਕਿ ਮੁਸੀਬਤ ਦੇ ਟਾਈਮ ਜਿਹੜੇ ਭਰਾ ਨੂੰ ਇੱਕ ਟਾਈਮ ਤੇ ਰੱਖੜੀ ਬੰਨਦੀ ਹੁੰਦੀ ਸੀ, ਸੁੱਖ ਦੁੱਖ ਦਾ ਸਹਾਰਾ ਬਣਦੀ ਸੀ ਕਿ ਇੱਕ ਟਾਈਮ ਤੇ ਉਦੋਂ ਤੁਹਾਡਾ ਮਾੜਾ ਟਾਈਮ ਆ, ਤੁਹਾਡੇ ਭਰਾ ਹੀ ਪਿੱਛੇ? ਬਿਲਕੁਲ, ਸਭ ਸਾਰੀ ਦੁਨੀਆ ਹੀ ਪਿੱਛੇ ਹਟ ਗਈ, ਪਰ ਕਈ ਦਾ ਇਗਨੋਰ ਮਾਰਿਆ ਕਿ ਆਪਣੇ ਪਰਿਵਾਰ ਆਪਣੇ ਬੱਚੇ ਦੇਖੋ, ਕਿਸੇ ਨੂੰ ਦੇਖਣ ਦੀ ਲੋੜ ਨਹੀਂ ਹੈਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਸਿਟੀ ਹੈਡਲਾਈਨ, ਤੇ ਮੈਂ ਹਾਂ ਨੇਹਾ ਮਲਿਕ। ਅੱਜ ਅਸੀਂ ਤੁਹਾਨੂੰ ਇੱਕ ਇਦਾਂ ਦੀ ਮਾਂ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਡਿਲੀਵਰੀ ਕਰਕੇ, ਯਾਨੀ ਕਿ ਪਾਰਸਲ ਡਿਲੀਵਰ ਕਰਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰ ਰਹੀ ਹੈ। ਇਹਨਾਂ ਦੀ ਜੇ ਗੱਲ ਕਰੀਏ, ਪਰਿਵਾਰ ਦੇ ਵਿੱਚ 3 ਕੁੜੀਆਂ ਨੇ ਅਤੇ ਇੱਕ ਮੁੰਡਾ ਹੈ, ਗੱਲ ਕਰ ਲੈਂਦੇ ਹਾਂ ਕਿਵੇਂ ਡਿਲੀਵਰ, ਕਿਵੇਂ ਪਾਰਸਲ ਡਿਲੀਵਰ ਕਰਨ ਦਾ ਸ਼ੌਂਕ ਪਿਆ ਅਤੇ ਕਿਉਂ ਇਹ ਕੰਮ ਕਰਨਾ ਪੈ ਰਿਹਾ ਹੈ ਅਤੇ ਹੋਰ ਕੋਈ ਕੰਮ ਕਿਉਂ ਨਹੀਂ ਚੂਜ਼ ਕੀਤਾ? ਸਤਿ ਸ਼੍ਰੀ ਅਕਾਲ, ਵਧੀਆ। ਅੱਛਾ, ਇੱਕ ਗੱਲ, ਹਮੇਸ਼ਾ ਹੱਸਦੇ ਹੀ ਰਹਿੰਦੇ ਹੋ, ਮੈਂ ਆਫ ਕੈਮਰਾ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਅਤੇ ਹੁਣ ਵੀ ਕੀਤੀ ਹੈ, ਸਮਾਈਲੀ ਫੇਸ ਹੈ? ਯੈਸ ਜੀ। ਅੱਛਾ, ਜਿਵੇਂ ਕਿ ਆ ਪਾਰਸਲ ਦਾ ਕੰਮ ਤੁਸੀਂ ਕਦੋਂ ਤੋਂ ਸਟਾਰਟ ਕਰਦੇ? ਮੈਨੂੰ 2 ਮੰਥ ਹੋ ਗਿਆ। ਅਤੇ ਪਹਿਲਾਂ ਕੀ ਕਰਦੇ? ਆਫਿਸ ਜੋਬ ਸੀਗੀ ਕੁਛ, ਜਾਂ ਹੌਜਰੀ ਲਾਈਨ 'ਚ ਵੀ ਕੀਤਾ ਕੰਮ, ਲੇਕਿਨ ਉਹਦੇ 'ਚ ਸੈਲਰੀ ਵਗੈਰਾ ਨਹੀਂ। ਹੌਜਰੀ 'ਚ ਤਾਂ ਕੰਮ ਹੀ ਬਹੁਤ ਘੱਟ ਹੁੰਦਾ, ਜਦੋਂ ਦੇ ਵਿਆਹ ਕਰਕੇ ਉਸ ਤੋਂ ਬਾਅਦ ਜਵਾਬ ਦੇ ਦਿੱਤਾ, ਉਹਨਾਂ ਕਹਿੰਦੇ ਨਹੀਂ ਮਿਲਣਾ ਕੰਮ, ਅਤੇ ਆਫਿਸ ਲਾਈਨ 'ਚ ਵੀ ਸੈਲਰੀ ਦੀ ਬਹੁਤ ਪ੍ਰੋਬਲਮ ਆ। ਸੀਗਾ ਕਿ ਲਾਈਫ ਦੇ ਵਿੱਚ ਇੰਨਾ ਸਟਰਗਲ ਕਰਨ ਤੋਂ ਬਾਅਦ ਲੋਕ ਜਿਹੜੇ ਨੇ ਜਵਾਬ ਦੇ ਦਿੰਦੇ? ਹਾਂਜੀ ਬਿਲਕੁਲ, ਬਹੁਤ ਦੁੱਖ ਹੁੰਦਾ। ਤੇ ਘਰ ਪਰਿਵਾਰ ਦੇ ਵਿੱਚ ਤੁਹਾਡੇ ਜਿਵੇਂ 3 ਕੁੜੀਆਂ ਨੇ ਇੱਕ ਮੁੰਡਾ ਆ ਤੇ ਹਸਬੈਂਡ ਨੂੰ ਕੀ ਹੋਇਆ? ਹਸਬੈਂਡ ਬਿਮਾਰ ਸੀ, ਉਹਨਾਂ ਦਾ ਲੀਵਰ ਡੈਮੇਜ ਹੋ ਗਿਆ ਸੀ, ਉਹਨਾਂ ਦਾ 8 ਸਾਲ ਹੋ ਗਿਆ। 8 ਸਾਲ ਇੱਕ ਲਾਈਫ ਬਤੀਤ ਕਰਨੀ, ਆਪਣੀ ਜ਼ਿੰਦਗੀ ਬਤੀਤ ਕਰਨੀ ਬਿਨਾਂ ਆਪਣੇ ਹਸਬੈਂਡ ਤੋਂ, ਬੱਚੇ ਨੂੰ ਸਾਂਭਣਾ ਕਿੰਨਾ ਔਖਾ? ਬਹੁਤ ਔਖਾ। ਜਿੰਨਾ ਕੁ ਮੇਰੀ ਸਪੋਰਟ ਆ ਉਨੀ ਬੱਚਿਆਂ ਦੀ ਵੀ, ਯਾਨੀ ਕਿ ਬਰਾਬਰ ਸਪੋਰਟ ਮੈਨੂੰ ਮਿਲੀ ਆ। ਹਾਂ, ਕਿ ਦੋਨਾਂ ਦਾ ਧਿਆਨ ਰੱਖਣਾ, ਆਪਣਾ ਕੰਮ ਵੀ ਕਰਨਾ, ਬੱਚੇ ਵੀ ਆਪਣਾ ਧਿਆਨ ਖੁਦ ਰੱਖਦੇ ਸੀ। ਕਿਤੇ ਕਿਤੇ ਇੱਕ ਨਾ ਹੋਪ ਹੁੰਦੀ ਹੈ ਵੀ, ਹੈ ਨਾ, ਸਾਰੇ ਵੀ ਹੈ ਨਾ ਸਾਡੇ ਜਿਹੜੇ ਆਪਾਂ ਇੱਕ ਪਰਿਵਾਰ ਵਾਂਗੂ ਰਹੀਏ, ਹਸਬੈਂਡ ਵਾਈਫ ਸਾਰੇ ਹੋਣ। ਅੱਜ ਆਂਟੀ ਤੁਹਾਨੂੰ ਲੱਗਦਾ ਹੈ ਕਿ ਜੇ ਅੰਕਲ ਅੱਜ ਹੁੰਦੇ ਤਾਂ ਤੁਹਾਨੂੰ ਇਹ ਕੰਮ ਨਾ ਕਰਨਾ ਪੈਂਦਾ? ਉਹ ਹੁੰਦੇ, ਉਹਨਾਂ ਨੇ ਮੈਨੂੰ ਕੰਮ ਕਰਨ ਹੀ ਨਹੀਂ ਸੀ ਦੇਣਾ, ਉਹ ਨਹੀਂ ਮੈਨੂੰ ਬਾਹਰ ਜਾਣ ਦਿੰਦੇ ਸੀ। ਉਹਨਾਂ ਦੀ ਡੈਥ ਤੋਂ ਬਾਅਦ ਕੋਈ ਤੁਹਾਡਾ ਸਹਾਰਾ ਨਹੀਂ ਬਣਿਆ? ਨਹੀਂ, ਬਿਲਕੁਲ ਨਹੀਂ, ਬਸ ਸਭ ਪਿੱਛੇ ਹਟ ਗਏ, ਕੋਈ ਆਉਣਾ ਜਾਣਾ ਬੰਦ ਕਰਤਾ। ਸੱਸ ਸਹੁਰੇ ਹੈ ਹੀ ਨਹੀਂ, ਕੋਈ ਪਰਿਵਾਰ 'ਚ ਨਹੀਂ ਹੈਗਾ, ਕੋਈ ਵੀ ਨਹੀਂ ਹੈਗਾ। ਇਕੱਲੇ ਹੀ ਸੀਗੇ? ਸਾਰੀ ਡੈਥ ਹੋ ਗਈ ਸਾਰੇ ਪਰਿਵਾਰ ਦੀ, ਪਾਪਾ ਜਾਂ ਮੰਮੀ ਤਾਂ ਹੈ ਹੀ ਨਹੀਂ ਮੇਰੇ, ਬ੍ਰਦਰ ਨਾ, ਬ੍ਰਦਰ ਤਾਂ ਪਹਿਲਾਂ ਹੀ ਪਿੱਛੇ ਹਟ ਗਏ ਸੀਗੇ। ਦੁੱਖ ਹੋਇਆ ਸੀਗਾ ਕਿ ਮੁਸੀਬਤ ਦੇ ਟਾਈਮ ਜਿਹੜੇ ਭਰਾ ਨੂੰ ਇੱਕ ਟਾਈਮ ਤੇ ਰੱਖੜੀ ਬੰਨਦੀ ਹੁੰਦੀ ਸੀ, ਸੁੱਖ ਦੁੱਖ ਦਾ ਸਹਾਰਾ ਬਣਦੀ ਸੀ ਕਿ ਇੱਕ ਟਾਈਮ ਤੇ ਉਦੋਂ ਤੁਹਾਡਾ ਮਾੜਾ ਟਾਈਮ ਆ, ਤੁਹਾਡੇ ਭਰਾ ਹੀ ਪਿੱਛੇ? ਬਿਲਕੁਲ, ਸਭ ਸਾਰੀ ਦੁਨੀਆ ਹੀ ਪਿੱਛੇ ਹਟ ਗਈ। ਹਾਂਜੀ, ਪੂਰੀ ਬਹੁਤ ਜ਼ਿਆਦਾ ਦੁੱਖ ਹੁੰਦਾ ਸੀਗਾ, ਪਰ ਕਈ ਦਾ ਇਗਨੋਰ ਮਾਰਿਆ ਕਿ ਆਪਣੇ ਪਰਿਵਾਰ ਆਪਣੇ ਬੱਚੇ ਦੇਖੋ, ਕਿਸੇ ਨੂੰ ਦੇਖਣ ਦੀ ਲੋੜ ਨਹੀਂ ਹੈਗੀ। ਤੁਹਾਡੇ 3 ਕੁੜੀਆਂ ਨੇ, ਇੱਕ ਮੁੰਡਾ ਆ, ਮੁੰਡਾ ਕਿੰਨਾ ਕੁ ਛੋਟਾ? ਮੁੰਡਾ ਮੇਰਾ 12 ਸਾਲ ਦਾ ਆ। ਤੇ ਕੁੜੀਆਂ ਨੂੰ ਲੈ ਕੇ ਰਹਿਣਾ ਇੱਕ ਮਾਂ ਦੇ ਲਈ ਬੜਾ ਔਖਾ ਹੁੰਦਾ ਹੈ, ਹਰ ਕਿਸੇ ਦੇ ਤਾਨੇ ਜਿਹੜੇ ਆ ਸੁਣਨੇ ਪੈਂਦੇ ਆ, ਹਰ ਕਿਸੇ ਨੂੰ ਬੜੇ ਆਪਣੀ ਕੁੜੀਆਂ ਨੂੰ ਮਾੜੀਆਂ ਨਜ਼ਰਾਂ ਤੋਂ ਵੀ ਬਚਾਉਣਾ ਹੁੰਦਾ ਹੈ,
ਕਿੱਦਾਂ ਦਾ ਰਿਹਾ ਤੁਹਾਡਾ ਇਹ? ਬਹੁਤ ਵਧੀਆ ਰਿਹਾ। ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਸਮਝਾ ਕੇ ਜਾਂਦੀ ਸੀ, ਬੱਚੇ ਨਾਲ ਘਰੋਂ ਬਾਹਰ ਨਿਕਲਦੇ ਸੀਗੇ। ਜਿੱਥੇ ਰੈਂਟ ਤੇ ਰਹਿੰਦੇ ਆ ਅਸੀਂ, ਬਿਲਕੁਲ ਸੇਫਟੀ ਨਾਲ ਬੱਚਿਆਂ ਨੂੰ ਰੱਖਿਆ ਮੈਂ। ਹਾਂਜੀ, ਹਾਂਜੀ ਹੁੰਦਾ ਹੈ ਦੁੱਖ, ਪਰ ਕੀ ਕਰੀਏ, ਕੰਮ ਤਾਂ ਕਰਨਾ ਹੀ ਹੈ ਨਾ। ਕਿੰਨੇ ਇਅਰਸ ਤੋਂ ਤੁਸੀਂ ਆਪਣੀ ਲਾਈਫ ਦੇ ਵਿੱਚ ਸਟਰਗਲ ਕਰ ਰਹੇ? ਸਟਰਗਲ ਤਾਂ ਕਾਫੀ ਟਾਈਮ ਤੋਂ ਹੀ ਕਰ ਰਹੀ ਹਾਂ, ਲੇਕਿਨ 8 ਸਾਲ ਤੋਂ ਬਹੁਤ ਜ਼ਿਆਦਾ ਸਟਰਗਲ ਆ। ਹਰ ਤਰ੍ਹਾਂ ਦਾ ਕੰਮ ਕਰਨਾ, ਬਾਹਰ ਜਾਣਾ, ਬੱਚਿਆਂ ਨੂੰ ਛੱਡ ਕੇ ਕਦੀ ਕਦੀ ਬਾਹਰ ਨਹੀਂ ਸੀਗੇ, ਬਾਹਰ ਜਾਣਾ ਪੈਂਦਾ, ਸਾਰਾ ਕੁਛ ਯਾਨੀ ਕਿ ਆਪ ਹੀ ਹੈਂਡਲ ਕਰਨਾ ਪੈਂਦਾ ਸਾਨੂੰ। ਜਦੋਂ ਤੁਹਾਡੇ ਤੇ ਮਾੜਾ ਟਾਈਮ ਆਇਆ, ਆਪਣੇ ਹੀ ਪਿੱਛੇ ਹਟ ਗਏ, ਪਰਿਵਾਰ ਦਾ ਕੋਈ ਸਹਾਰਾ ਨਹੀਂ ਬਣਿਆ, 3-4 ਬੱਚਿਆਂ ਨੂੰ ਪਾਲਣਾ, ਉਹਨਾਂ ਦਾ ਢਿੱਡ ਭਰਨਾ ਕੋਈ ਸੌਖੀ ਗੱਲ ਨਹੀਂ ਹੈਗੀ, ਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਬੰਦੇ ਤੋਂ ਆਸ ਹੁੰਦੀ ਹੈ ਵੀ ਸਾਰੀ ਦੁਨੀਆ ਭਾਵੇਂ ਪਿੱਛੇ ਹਟ ਜਾਵੇ, ਪਰ ਇਹ ਬੰਦਾ ਨਹੀਂ ਸਾਨੂੰ ਛੱਡਦੇ ਛੱਡਦਾ। ਕੁਛ ਇੱਦਾਂ ਦਾ ਸੀਗਾ ਤੁਹਾਡੇ? ਨਹੀਂ, ਇੱਦਾਂ ਦਾ ਮੈਨੂੰ ਕੋਈ ਪਰਸਨ ਨਹੀਂ ਮਿਲਿਆ। ਨਹੀਂ, ਸਪੋਰਟ ਨਹੀਂ ਕੀਤੀ। ਕਿੰਨਾ ਕੁ ਲੱਗਦਾ ਹੋਇਆ ਕਿ ਅੱਜ ਦੇ ਟਾਈਮ ਦੇ ਵਿੱਚ ਸਿਰਫ ਪੈਸਾ ਹੀ ਜ਼ਰੂਰੀ ਹੈ, ਇਨਸਾਨੀਅਤ ਕੁਛ ਵੀ ਨਹੀਂ ਰਹੀ? ਇਨਸਾਨੀਅਤ ਵੀ ਉਹਦੇ ਨਾਲ ਹੀ ਹੈ ਜਿਹਦੇ ਕੋਲ ਪੈਸਾ ਆ, ਉਸ ਤਰ੍ਹਾਂ ਕੁਛ ਨਹੀਂ ਹੈਗਾ। ਜਿਹਦੇ ਕੋਲ ਪੈਸਾ ਨਾ, ਦੁਨੀਆ ਵੀ ਆਉਂਦੀ ਹੈ। ਕਿੰਨੇ ਟਾਈਮ ਤੋਂ, ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਜਿਹੜਾ ਪਾਰਸਲ ਡਿਲੀਵਰ ਕਰ? ਸਵੇਰੇ 7:30 ਵਜੇ ਤੋਂ, ਕਈ ਵਾਰ 8 ਵੀ ਵੱਜ ਜਾਂਦੇ ਆ, ਕਈ ਵਾਰ 7। ਤੁਹਾਨੂੰ ਕੱਲ ਮਿਲੇ ਹੀ ਆ, ਦੇਖਿਆ ਸੀਗਾ। ਹਾਂਜੀ, ਤੇ ਆਂਟੀ ਏਦਾਂ ਨਹੀਂ ਹੁੰਦਾ ਵੀ, ਹੈ ਨਾ, ਹਰ ਕਿਸੇ ਦੀ ਇੱਛਾ ਹੁੰਦੀਆਂ ਨੇ, ਕਿਉਂਕਿ ਕੁੜੀਆਂ ਦੇ ਤਾਂ ਸ਼ੌਂਕ ਹੀ ਬਹੁਤ ਹੁੰਦੇ ਨੇ, ਹੈ ਨਾ, ਇਹ ਪਾਉਣਾ ਆ, ਇਹ ਲੈ ਕੇ ਆਉਣਾ ਆ, ਹੈ ਨਾ, ਤੇ ਕਦੇ ਏਦਾਂ ਨਹੀਂ ਹੁੰਦਾ ਵੀ ਉਹਨਾਂ ਦੇ ਸ਼ੌਂਕ ਪੂਰੇ ਨਾ ਹੋਏ ਹੋਣ, ਤੇ ਦੁੱਖ ਬਹੁਤ ਹੋਇਆ ਹੋਵੇ? ਦੁੱਖ ਹੋਇਆ, ਲੇਕਿਨ ਮੈਰਿਜ ਤੋਂ ਬਾਅਦ ਉਹਨਾਂ ਦੇ ਸਾਰੇ ਸ਼ੌਂਕ ਪੂਰੇ ਹੋ ਰਹੇ ਆ। ਹਾਂਜੀ, ਪਰ ਉਹ ਕਹਿੰਦੀ ਵੀ ਸਾਡੀ ਮਾਂ ਬਹੁਤ ਬੈਸਟ ਹੈ। ਹਾਂਜੀ, ਕਹਿੰਦੇ ਨੇ। ਹਾਂਜੀ, ਜਿਵੇਂ ਕਿ ਅਸੀਂ ਗੱਲ ਕਰ ਲਈ ਹੈ ਆਂਟੀ ਦੇ, ਤੁਸੀਂ ਕਿਰਦਾਰ ਦੇ ਚੁੱਕੇ ਹੋ, ਹਮੇਸ਼ਾ ਹੀ ਹੱਸਦੇ ਰਹਿੰਦੇ ਨੇ, ਮੈਨੂੰ ਲੱਗਦਾ ਕਿ ਆਂਟੀ ਜੀ ਜਿਹੜੇ ਤੁਹਾਡੇ ਤੇ ਦੁੱਖ ਆਏ ਨੇ ਤੇ ਸਾਰੇ ਤੁਸੀਂ ਹੱਸ ਹੱਸ ਕੇ ਕੱਢਦੇ? ਹਾਂਜੀ ਬਿਲਕੁਲ, ਹੱਸ ਕੇ ਕੱਢਾਂਗੇ ਛੇਤੀ ਨਿਕਲ ਜਾਂਦੇ ਆ, ਰੋ ਕੇ ਕੱਢਾਂਗੇ ਟਾਈਮ ਨਹੀਂ ਨਿਕਲਦਾ। ਕਿ ਰੱਬ ਦਾ ਸਹਾਰਾ ਸਾਰੀ ਦੁਨੀਆ ਦੇ ਉੱਪਰ ਆ, ਉਹਦੇ ਸਿਰ ਤੇ ਹੀ ਮੈਂ ਉੱਡੀ ਫਿਰਦੀ ਹਾਂ। ਸੋ ਜਿਵੇਂ ਕਿ ਆਂਟੀ ਨਾਲ ਗੱਲ ਕਰ ਲਈ ਹੈ, ਆਂਟੀ ਨੂੰ ਸਭ ਤੋਂ ਜ਼ਿਆਦਾ ਭਰੋਸਾ ਜਿਹੜਾ ਹੈ ਰੱਬ ਤੇ। ਆਂਟੀ ਦੀ ਜੇ ਸਮਾਈਲ ਦੀ ਗੱਲ ਕੀਤੀ ਜਾਵੇ, ਆਂਟੀ ਕਹਿੰਦੀ ਕਿ ਸਾਰੇ ਦੇਖੇ ਜਿਹੜੇ ਦੁੱਖ ਆ ਮੈਂ ਹੱਸ ਹੱਸ ਕੇ ਹੀ ਕੱਟੇ, ਤੇ ਜਿਹੜੇ ਸੁੱਖ ਆਉਣਗੇ ਉਹ ਵੀ ਮੈਂ ਹੱਸ ਹੱਸ ਕੇ ਹੀ ਕੱਟੂੰਗੀ, ਜੇ ਅੱਗੇ ਹੋਰ ਵੀ ਦੁੱਖ ਆਉਣਗੇ ਉਹ ਵੀ ਮੈਂ ਹੱਸ ਕੇ ਕੱਢੂੰਗੀ। ਤੁਸੀਂ ਇਹਨਾਂ ਦੀ ਸਮਾਈਲ ਬਾਰੇ ਕੀ ਕਹਿਣਾ ਚਾਹੋਗੇ ਤੇ ਇਹਨਾਂ ਦੇ ਲਾਈਫ ਸਟਰਗਲ ਬਾਰੇ ਕੀ ਕਹਿਣਾ ਚਾਹੋਗੇ, ਇੱਕ ਵਾਰੀ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਵਿਸ਼ੂ।